ਇਹ ਸੰਸਾਰ ਉਸ ਮਾਲਕ ਵਾਸਤੇ ਇੱਕ ਖੇਡ ਹੈ, ਇੱਕ ਰਚਨਾ ਹੈ। ਉਸ ਖੇਡ ਦੇ ਦੌਰਾਨ ਉਸ ਰਚਨਾ ਦੇ ਸਦਕਾ ਕੀ ਵਾਪਰ ਰਿਹਾ ਹੈ? ਸਾਹਿਬ ਕਹਿੰਦੇ ਨੇ ਇਹ ਤਾਂ ਰਚਨ ਰਚਿਆ ਕਰਤਾਰ। ਰਚਨ ਕਿਹੜਾ ਹੈ? ਆਵਤ ਜਾਵਤ ਹੁਕਮ ਅਪਾਰ। ਉਹਦੇ ਹੁਕਮ ਵਿੱਚ ਜੀਵ ਸੰਸਾਰ 'ਤੇ ਆਉਂਦਾ ਅਤੇ ਉਹਦੇ ਹੁਕਮ ਅਨੁਸਾਰ ਸੰਸਾਰ ਤੋਂ ਕੁਝ ਕਰ ਜਾਂਦਾ। ਇਹ ਉਹਦੀ ਖੇਡ ਕਿਵੇਂ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਆਪ ਸਰਵਨ ਕਰ ਰਹੇ ਹੋ। ਸਤਿਗੁਰੂ ਨੇ ਬੜੀ ਸਧਾਰਨ ਉਦਾਹਰਣ ਦੇ ਕੇ ਸਮਝਾਇਆ। ਪਿੰਡਾਂ ਵਿੱਚ ਖੂਹ ਚੱਲਦੇ ਨੇ, ਹਲਟ ਚੱਲਦਾ ਹੈ, ਪਿੰਡਾਂ ਦੀ ਮਾਲ ਚੱਲਦੀ ਹੈ, ਅਤੇ ਉਹ ਕਿਰਿਆ ਕੀ ਹੁੰਦੀ ਹੈ? ਟਿੰਡਾਂ ਖਾਲੀ ਜਾਂਦੀਆਂ ਨੇ ਖੂਹ ਵਿੱਚ, ਭਰ ਕੇ ਬਾਹਰ ਆਉਂਦੀਆਂ ਨੇ, ਫਿਰ ਸਖਣੀਆਂ ਹੋ ਜਾਂਦੀਆਂ ਨੇ, ਫਿਰ ਖੋ ਜਾਂਦੀਆਂ ਨੇ, ਫਿਰ ਭਰਕਿਆ ਜਾਂਦੀਆਂ ਨੇ। ਅਤੇ ਸਾਹਿਬ ਨੇ ਇਹ ਉਦਾਹਰਣ ਦੇ ਕੇ ਸਮਝਾਇਆ ਵੀ ਇਸੇ ਤਰ੍ਹਾਂ ਉਸ ਕਰਤੇ ਦਾ ਇਹ ਸੰਸਾਰ ਦੀ ਖੇਲ ਹੈ। ਇਵੇਂ ਉਹਦੇ ਹੁਕਮ ਵਿੱਚ ਕੋਈ ਸੰਸਾਰ 'ਤੇ ਆ ਰਿਹਾ ਹੈ ਅਤੇ ਕੋਈ ਜਾ ਰਿਹਾ ਹੈ, ਬਿਲਕੁਲ ਉਸੇ ਹੜ ਦੀ ਤਰ੍ਹਾਂ, ਟਿੰਡਾਂ ਦੀ ਮਾਲ ਦੀ ਤਰ੍ਹਾਂ। ਜੈਸੇ ਹਰ ਹਟ ਕੀ ਪਾਲਾ ਟਿੰਡ ਲਗਤ ਹੈ, ਇੱਕ ਸਖਨੀ ਹੋਰ ਫੇਰ ਭਰੀਅਤ ਹੈ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਨੀ ਹੋਰ ਚੱਲ
क्यों
ਉਹਦੀ ਰਜ਼ਾ ਤੋਂ, ਉਹਦੇ ਹੁਕਮ ਤੋਂ ਬਰਿਹਾਰ ਜਾਈਏ। ਸਾਹਿਬ ਕਹਿੰਦੇ ਨੇ ਤੂੰ ਵਾਹ ਹੈ, ਤੇਰਾ ਹੁਕਮ ਵੀ ਅਪਰੰਪਾਰ ਹੈ ਤੇ ਤੇਰੇ ਹੁਕਮ ਨੂੰ ਕੋਈ ਟਾਲ ਵੀ ਨਹੀਂ ਸਕਦਾ। ਤੇ ਜਿਹੜਾ ਉਹਦੇ ਹੁਕਮ ਨੂੰ ਟਾਲਣ ਦੀ ਬਜਾਏ ਉਹਦੇ ਹੁਕਮ ਵਿੱਚ ਰਹਿਣ ਦਾ ਯਤਨ ਕਰਦਾ ਹੈ ਉਹਨੂੰ ਫਿਰ ਸਦੀਵੀ ਸੁੱਖ ਮਿਲਦਾ ਹੈ। ਹੁਕਮ ਨੂੰ ਟਾਲਣ ਦਾ ਯਤਨ ਕਰਨ ਦੀ ਬਜਾਏ ਜੇ ਉਹਦੇ ਹੁਕਮ ਵਿੱਚ ਰਹਿਣ ਦਾ ਯਤਨ ਕੀਤਾ ਜਾਏ, ਉਹਦੇ ਹੁਕਮ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਸਦੀਵੀ ਸੁੱਖ ਹੈ। ਸਾਹਿਬ ਦੇ ਬਚਨ ਨੇ ਪਹਿਲਾ ਕੀ ਬਚਨ ਹੈ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ। ਉਹਦੇ ਹੁਕਮ ਦਾ ਅੰਤ ਕਿਸੇ ਨੇ ਨਹੀਂ ਪਾਇਆ, ਇੰਨਾ ਅਪਰੰਪਾਰ ਹੈ। ਤੇ ਉਹਦੇ ਹੁਕਮ ਵਿੱਚ ਚੱਲਦਾ ਕਿਹੜਾ, ਜਿਸ ਗੁਰ ਪੂਰਾ ਭਿੱਟ ਸੀ ਸੋ ਚੱਲਿਆ ਰਜਾਏ। ਜਿਹਨੇ ਪੂਰੇ ਗੁਰੂ ਦੀ ਓਟ ਲਈ ਹੈ, ਪੂਰੇ ਗੁਰੂ ਦਾ ਆਸਰਾ ਗੁਰਬਾਣੀ ਦਾ ਆਸਰਾ ਲਿਆ ਹੈ, ਉਹੀ ਉਹਦੀ ਰਜ਼ਾ ਵਿੱਚ ਉਹਦੇ ਹੁਕਮ ਵਿੱਚ ਚੱਲਦਾ ਹੈ। ਤੇ ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਉਹਦੇ ਹੁਕਮ ਨੂੰ ਪਛਾਣਦਾ। ਤੇ ਸਭ ਕਹਿੰਦੇ ਨੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੇ ਦਿਨ ਰਾਤੀ। ਦਿਨ ਰਾਤ ਤੋਂ ਭਾਵ ਉਹਦਾ ਸਾਰਾ ਜੀਵਨ ਸੁਖਮਈ ਹੈ, ਜੀਵਨ ਦੇ ਵਿੱਚ ਸੁੱਖ ਹਮੇਸ਼ਾ ਬਣਿਆ ਰਹਿੰਦਾ ਜਦੋਂ ਉਹਦੇ ਹੁਕਮ ਨੂੰ ਪਛਾਣਨ ਦਾ ਕੋਈ ਯਤਨ ਕਰਦਾ। ਭਾਵ ਜਦੋਂ ਉਹਦੇ ਹੁਕਮ ਨੂੰ ਸਮਝ ਲਿਆ, ਪਛਾਣ ਲਿਆ ਵੀ ਮੈਂ ਉਹਦੇ ਹੁਕਮ ਵਿੱਚ ਸੰਸਾਰ 'ਤੇ ਆਇਆ ਹਾਂ ਅਤੇ ਇੱਕ ਦਿਨ ਉਹਦਾ ਹੁਕਮ ਹੋਣਾ ਅਤੇ ਮੈਂ ਸੰਸਾਰ ਤੋਂ ਚਲੇ ਜਾਣਾ, ਫਿਰ ਡਰ ਕਾਹਦਾ, ਫਿਕਰ ਕਾਹਦਾ, ਚਿੰਤਾ ਕਾਹਦੀ। ਫਿਰ ਜੇ ਚਿੰਤਾ ਨਹੀਂ, ਫਿਕਰ ਨਹੀਂ, ਤਾਂ ਆਪੇ ਸੁਖਮਈ ਜੀਵਨ ਹੈ, ਕਿਉਂਕਿ ਹੁਕਮ ਨੂੰ ਪਛਾਣ ਲਿਆ, ਇਹ ਜਾਣ ਲਿਆ ਕਿ ਉਹਦੇ ਹੁਕਮ ਵਿੱਚ ਮੈਂ ਆਇਆ ਹਾਂ ਅਤੇ ਉਹਦੇ ਹੁਕਮ ਵਿੱਚ ਮੈਂ ਸੰਸਾਰ ਤੋਂ ਚਲੇ ਜਾਣਾ। ਅਸੀਂ ਜਦੋਂ ਵੀ ਇਹੋ ਜਿਹੇ ਸਮਾਗਮ ਵਿੱਚ ਇਕੱਤਰ ਹੁੰਦੇ, ਇੱਕ ਤਾਂ ਮਕਸਦ ਹੁੰਦਾ ਹੀ ਹੈ ਕਿ ਜਿਹੜਾ ਜੀਵ ਸੰਸਾਰ ਤੋਂ ਚਲਾ ਗਿਆ ਉਹਦੇ ਨਿਮਿਤ ਸਤਿਗੁਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਅਤੇ ਪਿੱਛੇ ਪਰਿਵਾਰ ਨਾਲ ਭਾਈਚਾਰਕ ਹਮਦਰਦੀ ਸਾਂਝ, ਕਿਉਂਕਿ ਕਹਾਵਤ ਹੈ ਦੁੱਖ ਮਨਾਇਆ ਘੱਟ ਜਾਂਦਾ, ਇਸ ਆਸ਼ਰਮ ਨੂੰ ਰੱਖਦੇ ਹੋਏ ਆਪਾਂ ਇਕੱਤਰ ਹੁੰਦੇ ਹਾਂ। ਦੂਸਰਾ ਮਕਸਦ ਇਹ ਵੀ ਹੈ, ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਸਮਾਗਮਾਂ ਵਿੱਚ ਇਕੱਤਰ ਹੁੰਦੇ ਹਾਂ, ਸਾਨੂੰ ਜੀਵਨ ਦਾ ਉਹ ਸੱਚ ਜਿਹੜਾ ਅਸੀਂ ਆਪਣੇ ਸੰਸਾਰਕ ਜੀਵਨ ਦੇ ਵਿੱਚ ਆਪਣੇ ਕੰਮਾਂ ਕਾਰਾਂ ਵਿੱਚ ਚੇਤਾ ਭੁਲਾ ਬੈਠਦੇ ਹਾਂ, ਉਹ ਸੱਚ ਚੇਤੇ ਵਿੱਚ ਆ ਜਾਂਦਾ ਹੈ, ਤਾਜ਼ਾ ਹੋ ਜਾਂਦਾ ਹੈ। ਉਹ ਸੱਚ ਕਿਹੜਾ ਹੈ ਵੀ ਜਿਵੇਂ ਇਹ ਜੀਵ ਸੰਸਾਰ ਤੋਂ ਚਲਾ ਗਿਆ ਉਵੇਂ ਇੱਕ ਦਿਨ ਸਮਾਂ ਆਉਣਾ, ਅਸੀਂ ਵੀ ਚਲੇ ਜਾਣਾ। ਇਹ ਸੱਚ ਹੈ, ਅਟਲ ਸੱਚਾਈ ਹੈ, ਜਿਹੜੀ ਸਾਨੂੰ ਆਪਣੇ ਸੰਸਾਰਕ ਕਾਰ ਵਿਹਾਰ ਕਰਦਿਆਂ ਕਈ ਵਾਰ ਭੁੱਲ ਜਾਂਦੀ ਹੈ, ਚੇਤੇ ਵਿੱਚੋਂ ਵਿਸਰ ਜਾਂਦੀ ਹੈ। ਅਤੇ ਜਦੋਂ ਵੀ ਅਸੀਂ ਇਹੋ ਜਿਹੇ ਸਮਾਗਮਾਂ ਵਿੱਚ ਆਉਂਦੇ ਹਾਂ ਸਾਨੂੰ ਉਹ ਚੇਤਾ ਆ ਜਾਂਦਾ, ਅਸਾਂ ਵੀ ਉੱਥੇ ਜਾਣਾ, ਉਹ ਸਮਾਂ ਸਭ 'ਤੇ ਆਉਣਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚੱਲਣਾ। ਸੰਗੀ ਸਾਥੀ ਚਲੇ ਗਏ, ਅਸੀਂ ਵੀ ਚਲੇ ਜਾਣਾ, ਦੂਰ ਗਵਨ ਸਿਰ ਉੱਪਰ ਮਰਨਾ। ਜਦ ਇਸ ਗੱਲ ਨੂੰ ਜਾਣ ਲਈਦਾ, ਪਛਾਣ ਲਈਦਾ ਵੀ ਇੱਥੋਂ ਚਲੇ ਜਾਣਾ, ਤਾਂ ਫਿਰ ਸੰਸਾਰ ਵਿੱਚ ਰਹਿੰਦਿਆਂ ਕਰਨਾ ਕੀ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼ ਕੀਰਤਨ ਦੁਆਰਾ ਆਪਾਂ ਗਾਇਨ ਕਰਨਾ। ਗੁਰੂ ਨਾਨਕ ਸਾਹਿਬ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਬਾਣੀ ਦੇ ਵਿੱਚ, ਆਓ ਸਰਵ ਕਰੀਏ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਪਾਣਾ, ਉੱਠ ਚੱਲਣਾ ਖਸਮੈ ਪਾਣਾ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਪਾਣਾ, ਖਸਮੈ ਮਾਣਾ, ਉੱਠ ਚੱਲਣਾ ਖਸਮੈ ਪਾਣਾ।
खस में पाना उठ चलना खस
कर कुमण वाणी
Yeah.
ਕਾਹਦਾ ਮਾਣ ਤੇ ਕਾਹਦਾ ਹੰਕਾਰ। ਤੂੰ ਇਸ ਸੰਸਾਰ ਤੇ ਆਪਣਾ ਸਰੀਰ ਲੈ ਕੇ ਪੈਦਾ ਹੋਇਆ ਸੀ, ਪਰ ਜਾਣ ਲੱਗਿਆ ਉਹ ਵੀ ਤੇਰੇ ਨਾਲ ਨਹੀਂ ਗਿਆ। ਬਾਕੀ ਜਿਹੜੇ ਪਦਾਰਥ ਸੰਪਦਾ ਜਾਇਦਾਦ ਪਦਾਰਥਾਂ ਤੇ ਮਾਣ ਕਰਦਾ ਉਹ ਤਾਂ ਤੂੰ ਬਾਅਦ 'ਚ ਬਣਾਏ ਨੇ ਸਰੀਰ ਦੇ ਕਰਕੇ, ਸਰੀਰ ਨਾਲ ਲੈ ਕੇ ਨਾਲ ਪੈਦਾ ਹੋਇਆ। ਤੇਰਾ ਤਨ ਤੇਰੇ ਨਾਲ ਨਹੀਂ ਗਿਆ ਤੇ ਬਾਕੀ ਕੀ ਜਾਏਗਾ। ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਫਿਰ ਕਾਹਦਾ ਮਾਣ ਕਰਨਾ, ਮੂਰਖ ਮਨ ਕਾਹੇ ਕਰਸੇ ਮਾਣਾ, ਉੱਠ ਚੱਲਣਾ ਖਸਮੇ ਪਾਣਾ। ਉਸ ਫਲ ਦੇ ਪਾਣੇ ਵਿੱਚ ਹੁਕਮ ਵਿੱਚ ਇੱਕ ਦਿਨ ਇਹ ਸੰਸਾਰ ਚੱਲਣਾ ਪੈਣਾ। ਸ਼ਾਟ ਬਿਰਾਣੀ ਤਾਤ ਮੂੜੇ ਈਹਾਂ ਬਸਣਾ ਰਾਤ ਮੂੜੇ ਮਾਇਆ ਕੇ ਬਾਤੇ ਤੈਂ ਉੱਠ ਚੱਲਣਾ ਰਾਜ ਰਹੇ ਤੂੰ ਸੰਗ ਸੁਪਣਾ। ਇਹ ਸੰਸਾਰ ਜੋ ਇੱਕ ਸੁਪਨੇ ਦੀ ਰਜਾਈ ਹੈ ਤੂੰ ਇਹਦੇ ਵਿੱਚ ਰਚਿਆ ਹੋਇਆ, ਇਹਦੇ ਵਿੱਚ ਆਪਣਾ ਮਨ ਲਾਈ ਬੈਠਾ ਜਾਗ। ਸੋ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਇਆ। ਜਿੰਨਾ ਕੁ ਸਮਾਂ ਦਰਸ਼ਨ ਦਾ ਬਾਕੀ ਹੈ ਆਪਾਂ ਸ਼ਬਦ ਦੁਆਰਾ ਸਾਰੇ ਜਿਸ ਮਕਸਦ ਵਾਸਤੇ ਇਕੱਤਰ ਹੋਏ ਹਾਂ ਉਸ ਵਿੱਚ ਹੀ ਰੂਹ ਨੂੰ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਤੇ ਸਾਰਿਆਂ ਨੇ ਸ਼ਬਦ ਦੁਆਰਾ ਅਰਦਾਸ ਬੇਨਤੀ ਕਰਨੀ ਹੈ। ਸਤਿਗੁਰ ਦੇ ਚਰਨਾਂ ਵਿੱਚ ਕਰ ਜੋੜ ਕਰ ਕਹਿੰਦੇ ਹੱਥਾਂ ਨੂੰ ਕਰ ਜੋੜ ਨਾਨਕ ਦਾਨ ਮੰਗ ਹੈ। ਇੱਕ ਦਾਨ ਮੰਗਣਾ ਆਪਾਂ ਵੀ ਹੱਥ ਜੋੜ ਕੇ, ਉਹ ਦਾਨ ਕਿਹੜਾ ਹੈ? ਜਨਮ ਮਰਨ ਨਿਵਾਰ ਲਿਹੋ, ਉਸ ਵਿੱਚ ਹੀ ਰੂਹ ਦੇ ਜਨਮ ਮਰਨ ਦੇ ਗੇੜ ਤੋਂ ਰਹਿਤ ਕਰਕੇ ਅਤੇ ਆਪਣੇ ਚਰਨਾਂ ਵਿੱਚ ਦੇਵੀ ਨਿਵਾਸ ਆਤਮਾ ਨੂੰ ਸ਼ਾਂਤੀ ਬਖਸ਼ ਕਰੋ। ਇਹ ਅਰਦਾਸ ਬੇਨਤੀ ਅਤੇ ਸਾਰਿਆਂ ਦੀ ਇਹ ਸ਼ਰਧਾਂਜਲੀ ਹੈ। ਸਾਰਿਆਂ ਨੇ ਰਲ ਕੇ ਸੌਖੀਆਂ ਪੰਕਤੀਆਂ ਨੇ ਸ਼ਬਦੀਆਂ ਨਾਲ ਗਾਉਣੀਆਂ ਨੇ ਅਤੇ ਨਾਲ ਸਾਹਿਬਾਂ ਚਰਨਾਂ ਵਿੱਚ ਉਸ ਵਿੱਚ ਹੀ ਆਤਮਾ ਦੇ ਵਾਸਤੇ ਅਰਦਾਸ ਬੇਨਤੀ ਕਰਨੀ ਹੈ। ਜਨਮ ਮਰਨ ਬਿਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।